ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਦਾਂ ਹੋ ਸਾਰੇ ਜਾਨੇ ਠੀਕ ਠਾਕ ਵਧੀਆ ਤੇ ਅਸੀਂ ਵੀ ਵਧੀਆ ਠੀਕ ਠਾਕ ਤੇ ਅੱਜ ਵੀ ਦੇਖਦੇ ਹੋਣੇ ਵੀ ਅਸੀਂ ਕਿੱਥੇ ਬੈਠੇ ਆ ਆ ਇਧਰ ਸੋਫੇ ਫਰੀ ਆ ਦੋਨੋਂ ਹੀ ਤੇ ਮੈਂ ਤੇ ਗੁਰਸਾਹਿਬ ਥੱਲੇ ਗੱਦਾ ਲਾ ਕੇ ਉੱਪਰ ਬੈੱਡ ਸ਼ੀਟ ਛਾ ਕੇ ਤੇ ਬੈਠੇ ਕਿਉਂਕਿ ਇਹ ਹੋਣਾ ਬਿਲਕੁਲ ਵੀ ਸੋਫੇ ਦੇ ਉੱਤੇ ਇਹ ਮੇਰੇ ਮਗਰ ਝੂਲਾ ਪਿਆ ਇਹਦੇ ਚੋਂ ਵੀ ਬਾਹਰ ਨਿਕਲਉਂਦਾ ਸੋਫੇ ਦੇ ਲੰਮੇ ਬਾਓ ਇੰਨਾ ਕਮਤਕੀ ਲੱਤਾਂ ਮਾਰਦਾ ਇੰਨਾ ਜ਼ੋਰ ਆਪਣਾ ਸਾਰਾ ਬਾਡੀ ਨੂੰ ਮਤਗੀ ਆਪਣੇ ਲੱਕ ਨੂੰ ਚੋਕ ਲੈਂਦਾ ਤੇ ਡਰ ਲੱਗਾ ਰਹਿੰਦਾ ਕਿ ਥੱਲੇ ਹੀ ਨਾ ਆ ਜੇ ਆ ਸੋਫੇ ਤੋਂ ਤੇ ਅੱਜ ਮੈਂ ਹੁਣ ਸੋਚਿਆ ਵੀ ਆਪਾਂ ਨੂੰ ਕਿਉਂ ਨਾ ਥੱਲੇ ਹੀ ਇਹਨੂੰ ਰੱਖਿਆ ਕਰੀਏ ਤੇ ਹੁਣ ਇੱਧਰ ਮੇਰੀਆਂ ਗੱਲਾਂ ਸੁਣਦਾ ਐ ਕਿਉਂਕਿ ਹੁਣ ਗੁਰਸਾਹਿਬ ਅੱਜ ਹੋ ਗਈ 18 ਤਰੀਕ ਤੇ ਗੁਰਸਾਹਿਬ ਨੇ ਕੱਲ ਨੂੰ ਹੋਏ ਨਵਾ ਚਾਰ ਮਹੀਨੇ ਦਾ ਹੁਣ 3 ਤਰੀਕ ਨੂੰ ਤੇ ਵੈਸੇ ਵੀ ਹੁਣ ਗਾਂ ਗੁਰਸ਼ਾਨ ਨੂੰ ਛੁੱਟੀਆਂ ਪੈਣੀਆਂ ਦੋ ਹਫ਼ਤਿਆਂ ਨੂੰ ਤੇ ਕਿਉਂਕਿ ਗੁਰਸ਼ਾਨ ਵੀ ਬਹੁਤ ਜ਼ਿਆਦਾ ਮਤਗੀ ਖੇਡਦਾ ਆ ਕਰ ਕੰਦੀ ਸੋਫੇ ਕੁਰਸੀਆਂ ਦੇ ਵਿੱਚ ਅੱਜ ਦਾ ਹੁਣ ਮੈਂ ਸੋਚਦੀ ਕਰਨ ਨੂੰ ਕੰਨੀ ਹੀ ਕਿਉਂਕਿ ਸਾਡੇ ਇੱਕ ਤੇ ਮੀ ਨਹੀਂ ਹਟੰਡਿਆ ਵੀ ਵੈਸੇ ਤਾਂ ਇਟਰੀ ਵਿੱਚ ਕਈ ਥਾਵਾਂ ਤੇ ਨਾ ਹੜ ਵਾਲਾ ਮਾਹੌਲ ਹੋ ਗਿਆ ਵਾ ਚਲੋ ਬਾਬਾ ਜੀ ਦੀ ਕਿਰਪਾ ਜਿਹੜੀ ਸੱਟ ਤੇ ਹੀ ਆ ਵੀ ਉੱਧਰ ਨਹੀਂ ਹੈਗਾ ਵੈਸੇ ਤਾਂ ਕਿਤੇ ਵੀ ਨਹੀਂ ਹੋਣਾ ਚਾਹੀਦਾ ਬਹੁਤ ਔਖਾ ਆ ਨਿਆਣੇ ਛੋਟੇ ਛੋਟਿਆਂ ਦਾ ਬੱਚਿਆਂ ਦਾ ਘਰਾਂ ਦਾ ਬਹੁਤ ਬੁਰਾ ਹਾਲ ਹੋਇਆ ਤੇ ਮੀ ਨਹੀਂ ਹਟਦਾ ਪਿਆ ਸਾਡੇ ਤਾਂ ਘਟੋ ਘਟ ਇਹ ਅੱਜ ਬਹੁਤ ਦਿਨਾਂ ਬਾਅਦ ਜਾ ਕੇ ਨਾ ਜਿੱਤੁੱਪ ਜਿਹੜੀ ਆ ਨਿਕਲੀ ਆ ਸਾਡੇ ਉਹ ਵੀ ਸਿਰੇ ਪੰਜ ਸੱਤ ਮਿੰਟ ਨਿਕਲੀਆਂ ਹੁਣ ਫਿਰ ਮੌਸਮ ਬਦਲ ਹੋ ਗਿਆ ਮੌਸਮ ਫੇਰ ਖਰਾਬ ਜਾ ਹੋ ਗਿਆ ਵਾ ਕੱਪੜੇ ਧੋਲੇ ਹੀ ਆਪਣੇ ਵੱਲੋਂ ਤੇ ਅਸੀਂ ਆਪਣੇ ਵੱਲੋਂ ਮੈਂ ਤਾਂ ਕੱਪੜੇ ਧੋਲੇ ਇੱਕ ਵਾਰੀ ਮਸ਼ੀਨ ਚਲਾ ਲਈਏ ਗੁਰシャン ਦੇ ਗੁਰ ਸਾਹਿਬ ਦੇ ਕੱਪੜੇ ਧੋਲੇ ਤੇ ਆਪਣੇ ਜਿਹੜਾ ਸਾਡੇ ਤਿੰਨ ਜਣਿਆਂ ਦੇ ਤਰਨ ਦੇ ਮੇਰੇ ਜੋ ਬੰਦੇ ਕੱਪੜੇ ਜਿਹੜੇ ਆ ਅਸੀਂ ਫੇਰ ਮਸ਼ੀਨ ਚਲਾਤੀ ਵੀ ਚਲੋ ਸੁੱਕ ਜਾਣਗੇ ਉਹ ਫੇਰ ਉਹੀ ਹਾਲ ਹੋ ਗਿਆ ਤਿੰਨ ਤਿੰਨ ਦਿਨ ਕੱਪੜੇ ਨਹੀਂ ਸੁੱਕਦੇ ਪੂਰਾ ਸਿਆਲ ਵਾਲਾ ਮਾਹੌਲ ਜਿਹੜਾ ਹੋਇਆ ਪਿਆ ਸਾਡੇ ਤਾਂ ਆ ਸਭੀ ਅੰਦਰ ਦਰਵਾਜ਼ੇ ਬਾਰੀਆਂ ਖੁੱਲੀਆਂ ਐ ਖੋਲ ਕੇ ਰੱਖੋ ਤੇ ਠੰਡਾ ਨਹੀਂ ਤਾਂ ਮੌਸਮ ਸਹੀ ਐ ਨਿਆਣਿਆਂ ਨੂੰ ਤਾਂ ਫੇਰ ਕੈਪਰੀਆਂ ਆਧੀਆਂ ਬਾਵਾ ਦੇ ਕੱਪੜੇ ਤਾਂ ਫੇਰ ਪੂਰੀਆਂ ਤਿਆਰ ਹੀ ਜਾਗਟਾਂ ਤੇ ਆ ਗਏ ਤੇ ਇਹਦਾ ਗੁਰਸਾਹਿਬ ਮੇਰੀ ਗੋਦੀ 'ਚ ਬੈਠਾ ਖੇਡੀ ਜਾਂਦਾ ਹਾਂਜੀ ਦੇ ਚੋਦੂ ਦੀ ਕੀ ਕਹਿੰਦੇ ਹੋ ਹੁਣ ਹਰ ਇੱਕ ਚੀਜ਼ ਕਹਿੰਦਾ ਉਹਦੇ ਬਸ ਮੇਰੇ ਹੱਥ 'ਚ ਹੋਣੀ ਜਾਏਗੀ ਆ ਲੋ ਬਹੁਤ ਮਸਤੀ ਕਰਦਾ ਕੱਲ ਮੰਮੀ ਨਾਲ ਦਾ ਫੋਨ ਆਉਂਦਾ ਇਹ ਉਹਨਾਂ ਨੂੰ ਫੋਨ ਤੇ ਬਾਰੇ ਵੇ ਵੇ ਕੇ ਰੋਈ ਜਾਂਦਾ ਕਿ ਮੈਨੂੰ ਚੱਕ ਦੇ ਗਿਓ ਨਹੀਂ ਆ। ਹਾਂਜੀ। ਸਨ ਗੀਦਾ ਕੱਗਲੇ ਸੀ। ਆ ਲੋ। ਆ ਲੋ। ਤੇ ਗੱਲਾਂ ਇੰਨੀਆਂ ਕਰਨ ਪੈਂਦਾ ਹੁਣੇ ਹੀ ਤੇ ਬਾਕੀ ਸ਼ਾਇਦ ਵੇਖੋ ਸ਼ਾਇਦ ਦੰਦ ਨੂੰ ਦੇ ਕੱਢ ਲੈ ਮੀਨੇ ਡਵਾੜੋ ਕਿਉਂਕਿ ਮੂੰਹ ਦੇ ਵਿੱਚ ਬਹੁਤ ਜ਼ਿਆਦਾ ਹੱਥ ਪਾ ਕੇ ਰੱਖਦਾ। ਆਪਣੀ ਮਦਗੀ ਉਂਗਲ ਵੀ ਆਪਣੀ ਪੂਰੀ ਨਾ ਰੈੱਡ ਕਰ ਲੈਂਦਾ ਵਾ ਮੂੰਹ ਚ ਪਾ ਪਾ ਕੇ। ਉਹਨੇ ਇੰਨੀ ਜ਼ੋਰ ਦੀ ਉਪਰੋਂ ਦੰਦੀ ਵੜਦਾ ਉਹਨੂੰ। ਤੇ ਹੁਣ ਖੇਡਦਾ ਹੈ ਇੱਧਰ ਹਾਂਜੀ ਕੀ ਗੱਲਾਂ ਹੋਈਆਂ ਚੀਜ਼ਾਂ ਨੂੰ ਤੁਸੀਂ ਕੋਈ ਦਾ ਗਾਦਿਆ ਤੁਸੀਂ ਸੌਂਜੋ ਸ਼ੇਰ ਦਾ ਗੁਰシャン ਦੇ ਨਾਲ ਉੱਠਿਆ ਆ ਤੇ ਟਾਈਮ ਸਾਡੇ 10 ਵਜੇ ਕੇ ਆ 7 ਵਜੇ ਦਾ ਉੱਠਿਆ ਆ ਬਸ ਇਦਾਂ ਹੀ ਖੇਡੀ ਜਾਂਦਾ ਹਾਂਜੀ ਤੇ ਕਿਸੇ ਨੇ ਕਮੈਂਟ ਕੀਤਾ ਗੁਰシャン ਤੇ ਗੁਰਸਾਹਿਬ ਸੇਮ ਸੇਮ ਹੀ ਆ ਪਰ ਮੈਨੂੰ ਨਹੀਂ ਲੱਗਦਾ ਪਰ ਮੇਰੀਆਂ ਜਿਹੜੀਆਂ ਭੁਈਆਂ ਉਹ ਮੈਨੂੰ ਕਹਿੰਦੀਆਂ ਆ ਕਿ ਇਹ ਸੇਮ ਤੇਰੇ ਵਰਗਾ ਆ ਮੈਂ ਛੋਟੀ ਹੁੰਦੀ ਏਦਾਂ ਦੀ ਸੀ ਮੈਂ ਆਪਣੀ ਮੰਮਾ ਨੂੰ ਕਹਿੰਦੀ ਮੈਂ ਸਾਡੀ ਤਾਂ ਕੋਈ ਫੋਟੋ ਹੀ ਹੈ ਨਹੀਂ ਪਈ ਵੀ ਇੱਕ ਹੀ ਕਹਿਦੀ ਸਾਡੇ ਵਰਗਾ ਹੋਂ ਤਾਂ ਇੰਨੀਆਂ ਫੋਟੋਆਂ ਵੀਡੀਓਆਂ ਕਿ ਕੋਈ ਪਤਾ ਹੀ ਨਹੀਂ ਹੈ ਤੇ ਪਰ ਗੁਰ ਸਾਹਿਬ ਤੇ ਸਾਹਿਬਜੀਤ ਸੇਮ ਇੱਕੋ ਸ਼ਕਲ ਦੇ ਆ ਗੁਰਸ਼ਾਨੀਆਂ ਭਈਆਂ ਵੀ ਗਈਆਂ ਸੀ ਉਹ ਵੈਸੇ ਵੀ ਦਰਬਾਰ ਸਾਹਿਬ ਇੱਕ ਦੂਜੇ ਨੂੰ ਮਿਲ ਹੀ ਜਾਂਦੇ ਆ ਤੋ ਵੀ ਦੱਸ ਦੇ ਹੀ ਕਿੰਦੇ ਵੀ ਸੇਮ ਗੁਰਸ਼ਾਨ ਨੇ ਗੁਰਸਾਹਿਬ ਜਿਹੜਾ ਇੱਕੋ ਸ਼ਕਲ ਦੇ ਆ ਕੋਈ ਫਰਕ ਨਹੀਂ ਸਿਰਫ ਮਹੀਨੇ ਦੋਆਂ ਦਾ ਫਰਕ ਆ ਇਹਨਾਂ ਦੇ ਵਿੱਚ ਹਾਂਜੀ ਕੀ ਗੱਲ ਸੀ ਜੱਜੂ ਤੁਸੀਂ ਕੀ ਗੀਂਦੇ ਸੀ ਨਾ ਹੁਣ ਇਸ ਟਾਈਮ ਪੂਰਾ ਧਿਆਨ ਉਹਦਾ ਸਾਡੇ ਵੱਲ ਆ ਹਾਂਜੀ ਇਹ ਨੋਨਾ ਘਰ ਗੁਰシャン ਵੀ ਨਹੀਂ ਦੇਖਦਾ ਜਦੋਂ ਗੁਰシャン ਹੁੰਦਾ ਨਾ ਜਦੋਂ ਗੁਰシャン ਰੋਲ ਅਪ ਹੁੰਦਾ ਕੁਝ ਬੋਲਦਾ ਟੀਵੀ ਵੇਖਦਾ ਇਹ ਬੜਾ ਧਿਆਨ ਨਾਲ ਉਹਦੇ ਵੱਲ ਵੇਖ ਵੇਖ ਕੇ ਹੱਸਦਾ ਰਹਿੰਦਾ ਆ ਉਹਦੇ ਨਾਲ ਗੱਲਾਂ ਕਰਦਾ ਆ ਘਰ ਮੇਰੇ ਵੱਲ ਨਾਲ ਸਾਰੀ ਦਿਹਾੜੀ ਵੇਖ ਵੇਖ ਕੇ ਮੇਰਾ ਮੂੰਹ ਰੋਈ ਜਾਂਦਾ ਪੀ ਇੱਕੋ ਹੀ ਜਣਾ ਦੇਖਦਾ ਹਾਂਜੀ ਉਹਨੇ ਝੁੱਡੀਆਂ ਬੈਜਣੀਆਂ ਹੁਣ ਉਹ ਕਰਈ ਆ ਤਿੰਨ ਸਾਢੇ ਤਿੰਨ ਮਹੀਨੇ ਫੇਰ ਨਵੀਂ ਕਲਾਸ ਚ ਜਾਊਗਾ ਤੇ ਚਲੋ ਜੀ ਠੀਕ ਆ ਮੇਰੀ ਨਾ ਹੁਣ ਇਹ ਸਾਈਡ ਦੀ ਬਾੰਥਾ ਕੇ ਇਹਨੂੰ ਚੁੱਕਿਆ ਵਾ ਇੰਨੇ ਦੁੱਧੂ ਤਾਂ ਪੀ ਲਿਆ ਹੁਣ ਇਹਨੂੰ ਸੁਵਾਉਣਾ ਲੈ ਲੈ ਇਹ ਕੀ ਸੀ ਇੰਨੀਆਂ ਗੱਲਾਂ ਕਰਦਾ ਇੰਨੀ ਜ਼ੋਰ ਦੀ ਮਤਲਬ ਕੀ ਹੱਥਾਂ ਜੂ ਨਿਕਲ ਨੂੰ ਫਿਰਦਾ ਹੁਣੇ ਚਿ 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 ਅਹੀਂ ਸੋਝਦੇ ਹਾਂ ਵੀ ਚਲੋ ਇਹਨਾਂ ਦਿਨਾਂ 'ਚ ਪਿਛਲੀ ਵਾਰੀ ਬਹੁਤ ਗਰਮੀ ਹੋ ਗਈ ਸੀ ਪਰ ਇਸ ਵਾਰ ਗਰਮੀ ਨਹੀਂ ਹੋਣੀ ਪਿਛਲੀ ਵਾਰੀ ਤਾਂ ਇਹਨਾਂ ਦਿਨਾਂ 'ਚ ਨਿਆਣਿਆਂ ਨੂੰ ਕੱਪੜੇ ਦਿੰਦਿਆਂ ਬਾਹਾਂ ਦੇ ਨਹੀਂ ਕੈਪਰੀਆਂ 'ਚ ਆ ਗਏ ਸੀ ਪਰ ਹੁਣ ਨਹੀਂ ਇਦਾਂ ਕਰਦਾ ਆ ਚਲ ਜੀ ਠੀਕ ਆ ਓਕੇ ਜੀ ਬਾਏ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ